ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਨ ਜਾ ਰਹੇ ਹਾਂ ਪਿੰਡ ਉਦੋਕੇ ਦੇ ਵਿੱਚ ਸਥਿਤ ਗੁਰੂ ਨਾਨਕ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਗੁਰਦੁਆਰਾ ਨਾਗਿਆਣਾ ਸਾਹਿਬ। ਇੱਥੋਂ ਦੇ ਇਤਿਹਾਸਾਂ ਥੋੜ੍ਹਾ ਜਿਹਾ ਆਪ ਜੀ ਨੂੰ ਜਾਣੂ ਕਰਵਾ ਦਈਏ। ਇਹ ਉਹ ਜਗ੍ਹਾ ਹੈ ਜਿੱਥੇ ਜਦੋਂ ਗੁਰੂ ਸਾਹਿਬ ਜਿਹੜੇ 9 ਮਹੀਨੇ 26 ਦਿਨ ਗੁਰਦੁਆਰਾ ਥੰਮ ਸਾਹਿਬ ਦੇ ਵਿੱਚ ਨਿਵਾਸ ਕਰਦੇ ਸੀ, ਅਤੇ ਉਦੋਂ ਜੰਗਲ ਪਾਣੀ ਜਾਣ ਦੇ ਲਈ ਇਸ ਸਥਾਨ 'ਤੇ ਆਇਆ ਕਰਦੇ ਸੀ। ਅਤੇ ਜਿਹੜੇ ਸੱਪ ਨੇ, ਜਿਹੜੇ ਨਾਗ ਨੇ ਪਾਤਸ਼ਾਹ ਦੇ ਉੱਤੇ ਛਾਂ ਕੀਤੀ ਸੀ, ਉਹ ਪਾਕਿਸਤਾਨ ਤੋਂ ਮਹਾਰਾਜ ਦੇ ਨਾਲ ਇੱਥੇ ਤੱਕ ਆਉਂਦਾ ਆ। ਅਤੇ ਉਸ ਤੋਂ ਬਾਅਦ ਮਹਾਰਾਜ ਨੂੰ ਅੱਗੇ ਬੇਨਤੀ ਕਰਦਾ ਕਿ ਪਾਤਸ਼ਾਹ, ਮੈਂ ਤੁਹਾਡੇ ਨਾਲ ਹੀ ਹੁਣ ਅੱਗੇ ਸੱਪ ਦੇ ਵਿੱਚ ਜਾਣਾ ਹੈ। ਅਤੇ ਪਰ ਪਾਤਸ਼ਾਹ ਕਹਿੰਦੇ ਨੇ ਕਿ ਤੂੰ ਬਿੱਟ ਹੋ ਚੁੱਕਾ ਆ, ਅਤੇ ਤੂੰ ਹੁਣ ਸਾਡੇ ਨਾਲ ਜਿਹੜਾ ਸੇਵਾ ਜਿਹੜੀ ਹੈ ਇੱਥੇ ਰੱਖੀ ਹੈ, ਤੂੰ ਹੁਣ ਇੱਥੇ ਨਿਵਾਸ ਕਰ। ਅਤੇ ਫਿਰ ਇੱਥੇ ਮਹਾਰਾਜ ਨੇ ਉਹਨੂੰ ਇਹ ਵਰ ਦਿੱਤਾ ਸੀਗਾ ਵੀ ਤੇਰੇ ਕੋਲ ਜੋ ਵੀ ਕੋਈ ਮਨੋਕਾਮਨਾ ਮੰਗੇਗਾ, ਆਪਣੇ ਮਨ ਦੀ ਜਿਹੜੀ ਹੈ ਪੂਰੀ ਭਾਵਨਾ ਦੇ ਨਾਲ, ਕਿ ਇੱਥੇ ਉਹਦੀ ਮਨੋਕਾਮਨਾ ਪੂਰੀ ਹੋਏਗੀ। ਅਤੇ ਉਹਦਾ ਜਿਹੜਾ ਨਾਗ ਦਾ ਅਸਥਾਨ ਇੱਥੇ ਹੈਗਾ ਆ, ਇਹ ਨਾਗਿਆਣਾ ਸਾਹਿਬ ਉਹ ਅਸਥਾਨ ਹੈ ਜਿੱਥੇ ਉਸ ਨਾਗ ਦੇਵਤੇ ਦਾ ਅਸਥਾਨ ਹੈ। ਇੱਕ ਇੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਦੋਂ ਦਾਤਨ ਕਰਦੇ ਸੀਗੇ, ਉਹ ਆਪਣੇ ਹੱਥੀਓਂ ਦਾਤ ਕੱਢ ਕੇ, ਉਹ ਟਾਲੀ ਵੀ ਜਿਹੜੀ ਹੈ ਮਹਾਰਾਜ ਦੇ ਹੱਥਾਂ ਦੀ ਆਪਣੀ ਹੁੰਦੀ ਹੈ। ਇੱਥੋਂ ਦੇ ਦੋ ਇਤਿਹਾਸ ਨੇ। ਆਓ ਗੁਰੂ ਦੇ ਪਿਆਰੇ ਜੀ, ਹੁਣ ਆਪਾਂ ਅੰਦਰ ਦਰਸ਼ਨ ਕਰਦੇ ਹਾਂ। ਇੱਥੇ ਆਪ ਜੀ ਦਰਸ਼ਨ ਕਰ ਸਕਦੇ ਹੋ। ਇੱਥੇ ਥੱਲੇ ਪੁਰਾਤਨ ਖੜਾਵਾਂ ਵੀ ਪਈਆਂ ਨੇ, ਇਹ ਦੇਖ ਸਕਦੇ ਆਪ ਜੀ ਪੁਰਾਤਨ ਖੜਾਵਾਂ ਨੇ, ਆਪ ਜੀ ਦਰਸ਼ਨ ਕਰ ਸਕਦੇ ਹੋ। ਸੰਗਤਾਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਜਿਹੜੇ ਭੇਟ ਕੀਤੇ ਗਏ ਹਨ। ਸੰਗਤ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ। ਇਹ ਉਹ ਪਵਿੱਤਰ ਟਾਲੀ ਸਾਹਿਬ ਜਿਹੜੀ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਲਗਾਈ ਸੀਗੀ। ਇਹਨਾਂ ਦਾ ਕਹਿਣਾ ਹੈ ਕਿ ਆਪਣੇ ਕਰਕੇ ਮਹਾਰਾਜ ਨੇ ਗੱਡੀ ਸੀ ਤਾਂ ਹੈ, ਤਾਂ ਇਤਿਹਾਸ ਜਿਹੜਾ ਆ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਹੀ ਸੰਬੰਧਿਤ ਹੈ। ਚਾਹੇ ਉਹ ਦਾਤਨ ਕਰਕੇ ਲੱਗੀ ਸੀ ਜਾਂ ਮਹਾਰਾਜ ਨੇ ਆਪ ਟਾਲੀ ਹੀ ਇੱਥੇ ਲਗਾਈ ਸੀ, ਆਪ ਜੀ ਪਵਿੱਤਰ ਟਾਲੀ ਜੀ ਦੇ ਦਰਸ਼ਨ ਕਰ ਸਕਦੇ ਹੋ ਗੁਰੂ ਦੇ ਪਿਆਰੇ ਜੀ। ਸੰਗਤ ਜੀ, ਹੁਣ ਆਪ ਜੀ ਦਰਸ਼ਨ ਕਰਾਉਣ ਜਾ ਰਹੇ ਹਾਂ ਨਾਗਾਂ ਦੇ ਉਸ ਸਥਾਨ ਦੇ ਜਿੱਥੇ ਕਿ ਮਹਾਰਾਜ ਨੇ ਛਾਂ ਕੀਤੀ ਸੀ ਜਿਹੜੇ ਨਾਗ ਨੇ, ਉਸਦਾ ਜਿਹੜਾ ਅਸਥਾਨ ਹੈ ਪਵਿੱਤਰ ਅਸਥਾਨ, ਇਹ ਉਸ ਅਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਾਏ ਜਾ ਰਹੇ ਨੇ ਗੁਰੂ ਦੇ ਪਿਆਰੇ ਜੀ। ਇਸ ਅਸਥਾਨ ਦੇ ਉੱਤੇ ਜਿਹੜਾ ਵੀ ਕੋਈ ਆਪਣੇ ਦਿਲੋਂ ਮਨ ਦੇ ਅੰਦਰੋਂ ਗਹਿਰਾਈ ਦੇ ਅੰਦਰੋਂ ਕੋਈ ਵੀ ਚੀਜ਼ ਮਾਰੇ ਦੇ ਕੇ ਅਰਦਾਸ ਬੇਨਤੀ ਕਰਦਾ ਹੈ, ਮੰਗਦਾ ਹੈ, ਅਤੇ ਉਸਦੀ ਮਨੋਕਾਮਨਾ ਗੁਰੂ ਨਾਨਕ ਦੇਵ ਪਾਤਸ਼ਾਹ ਆਪ ਪੂਰੀ ਕਰਦੇ ਨੇ। ਕਿਉਂਕਿ ਮਹਾਰਾਜ ਜੀ ਆਪਣੇ ਬਚਨ ਨੇ ਕਿ ਤੇਰੇ ਅਸਥਾਨ 'ਤੇ ਜਿਹੜਾ ਕੋਈ ਮੰਗੇਗਾ ਪਿੱਛੇ ਮੇਰੀ ਕਿਰਪਾ ਵਰਤੇਗੀ। ਇਸ ਕਰਕੇ ਕਿਰਪਾ ਗੁਰੂ ਨਾਨਕ ਸਾਹਿਬ ਦੀ ਵਰਤ ਰਹੀ ਹੈ, ਅਸੀਂ ਨਤਮਸਤਕ ਹੋਵਾਂਗੇ। ਸੰਗਤ ਜੀ, ਇੱਥੇ ਸੰਗਤਾਂ ਆਪਣੀ ਜੇਬ ਦੇ ਮੁਤਾਬਕ
अपनी आस्था के मुताबिक इतने नाग भी भेंट कर दिया ने, कोई चांदी दे करदा, कोई पित्तल दे करदा, कोई तांबे दे करदा है। आप जी दर्शन कर सकते हो संगतां वालों जिहड़े नाग भेंट किए गए हैं। हर कोई अपनी मनोकामना के हिसाब के नाल, अपनी जेब की तफीक के हिसाब के नाल वो जिहड़ा नाग भेंट करते हैं। दूजे पास भी आप जी दिखाए जा रहे हैं, देखो संगतां वालों भेंट किए गए नाग। ये तुम देख सकते हो चांदी के नाग, ए जड़े ने पित्तल के नाग ने, तांबे के नाग ने। जिहो जिहो जी किसी की भावना है, जिहो जिहा किसी को कहा जाता है, उस हिसाब नाल इत्थे नाग जड़े ने भेट किए गए ने। कोई देखो आप जी दर्शन कर सकते हो, रबड़ के नाग भी कोई भेट करते हैं, मतलब जिहो जिहा किसी की तफीक है। इत्थे आप जी दर्शन कर सकते हो पवित्र सरोवर साहब के। संगत जी इत्थों के कई प्रेमियों का जोड़े बजुर्ग ने उन्हों का कहना है कि इस सरोवर के नाग निवास करते हैं, पर दर्शन सिर्फ तो सिर्फ करम वाल ही होंगे ने, हर किसी इतने दर्शन नहीं होंगे। यह पवित्र सरोवर आप जी दर्शन कर सकते हो प्यारे जी। इतने भी बजुर्गों का कहना है कि इशान करने जोड़े ने रोग दूर होंगे ने, किसी तरह का भी रोग है तो इतने इशान करने के दूर हों। संगत जी आप जी जो दर्शन किए इस गुरद्वारा नागियाणा साहब के, गुरु प्यारे हो आप जी ने ये वीडियोज़ लिया दे ली, सानू बहुत दूर दूर तक जरा सफ़र करना पैंदा है। सो संगत जी हाथ बन के बेनती है इस वीडियोज़ में वध तो वध शेयर करया करो, ताकि होर भी संगतां दर्शन कर सकन ते गुरु नानक साहब के चरणों में जुड़ सकन। चैनल में वध तो वध सबसक्राइब कर दियो, वीडियो में वह तो लाइक कर दो, तो कमेंट करके जरूर दस्या करो कि तुहानू ये वीडियो किदां दी लगी, तो होर अगों तुसी किहो जिहियां वीडियोज़ चाहते हो, किहो जिहे टॉपिक्स उत्ते वीडियोज़ चाहते हो, किहो जिहे गुप्त अपना किस इतिहास से रिलेटिड तुसी वीडियोज़ चाहते हो, सानू जरूर दस्या करो, ताकि असी आप जी लई वध तो वध जिहड़ा आ दर्शन करा सकीए, आप जी नूं गुरद्वारा साहिब दर्शन करा सकीए, गुरु नानक साहिब दे चरणां नाल जुड़ सकीए। वाहिगुरू जी का खालसा, वाहिगुरू जी की फतह।